ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਟ ਸੁਆਰੇ। ਗੁਰੂ ਤੇ ਕਹਿੰਦਾ ਬਹਿ ਜਾ ਮੈਂ ਤੇਰਾ ਕੰਮ ਕਰ ਦੇਣਾ, ਕਹਿੰਦਾ ਜੀ ਮੇਰੇ ਕੋਲ ਟਾਈਮ ਹੀ ਹੈ ਨਹੀਂ, ਆ ਬਾਬਾ 10 ਰੁਪਏ ਫੜ ਤੇ ਮੇਰਾ ਕੰਮ ਕਰ ਦੇ। ਦੱਸੋ ਕਿਹੜਾ ਦੁਨੀਆਂ 'ਚ ਤੁਹਾਨੂੰ ਇੱਦਾਂ ਦਾ ਬੰਦਾ ਮਿਲਿਆ ਜਿਹੜਾ ਮਜ਼ਾਕ ਅਸੀਂ ਰੱਬ ਨਾਲ ਕਰਦੇ, ਜੇ ਰੱਬ ਨੇ ਇਹੋ ਮਜ਼ਾਕ ਸਾਡੇ ਨਾਲ ਕਰਤਾ ਫਿਰ ਕੀ ਬਣੂਗਾ। ਅਸੀਂ ਨਾ ਮੰਨੀਏ ਰੱਬ ਨੂੰ ਉਹ ਵੱਖਰੀ ਚੀਜ਼ ਹੈ, ਜਿਹੜੇ ਰੱਬ ਨੂੰ ਨਹੀਂ ਮੰਨਦੇ ਮੈਂ ਕਹਿੰਦਾ ਸਾਡੇ ਨਾਲੋਂ ਕਿਤੇ ਚੰਗੇ ਨੇ। ਜਿਹੜੇ ਰੱਬ ਨੂੰ ਨਹੀਂ ਮੰਨਦੇ ਮੈਨੂੰ ਖਿਮਾ ਕਰਨਾ, ਉਹ ਪਿੱਪਲਾਂ ਨੂੰ ਵੀ ਨਹੀਂ ਮੰਨਦੇ, ਉਹ ਕਿੱਕਰਾਂ ਨੂੰ ਵੀ ਨਹੀਂ ਮੰਨਦੇ, ਉਹ ਟਾਹਲੀਆਂ ਨੂੰ ਵੀ ਨਹੀਂ ਮੰਨਦੇ, ਉਹ ਸੱਪਾਂ ਨੂੰ ਵੀ ਨਹੀਂ ਮੰਨਦੇ, ਉਹ ਮੜੀਆਂ ਨੂੰ ਵੀ ਨਹੀਂ ਮੰਨਦੇ, ਉਹ ਮੰਗਲਵਾਰ ਵੀਰਵਾਰ ਸ਼ਨਿਚਰਵਾਰ ਕਿਸੇ ਨੂੰ ਨਹੀਂ ਮੰਨਦੇ। ਪਰ ਜਿਹੜੇ ਅਸੀਂ ਕਹਿੰਦੇ ਸੀ ਰੱਬ ਨੂੰ ਮੰਨਦੇ ਹਾਂ ਮੈਨੂੰ ਖਿਮਾ ਕਰਨਾ, ਅਸੀਂ ਰੱਬ ਨੂੰ ਬਿਲਕੁਲ ਨਹੀਂ ਮੰਨਦੇ।